ਅਮਰ ਸਿੰਘ ਟੋਡਰਵਾਲ, ਹਲਕਾ ਇੰਚਾਰਜ ਬਹੁਜਨ ਸਮਾਜ ਪਾਰਟੀ ਨਾਭਾ। ਮੈਂ ਆਪਣੇ ਵੱਲੋਂ ਦਿਵਾਲੀ, ਵਿਸ਼ਵਕਰਮਾ ਦਿਵਸ ਅਤੇ ਬੰਦੀ ਛੋੜ ਦਿਵਸ ਦੀਆਂ ਦੇਸ਼ ਵਾਸੀਆਂ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਉਸ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਤਿਉਹਾਰ ਤੁਹਾਡੇ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਉਣ ਅਤੇ ਇਸ ਮੌਕੇ 'ਤੇ ਮੈਂ ਆਪਣੇ ਲੋਕਾਂ ਨੂੰ ਇਹ ਵੀ ਸੁਨੇਹਾ ਦੇਣਾ ਚਾਹਾਂਗਾ ਕਿ ਸਾਨੂੰ ਮਿੱਟੀ ਦੇ ਨਹੀਂ ਸਗੋਂ ਚੇਤਨਾ ਅਤੇ ਗਿਆਨ ਦੇ ਦੀਵੇ ਬਾਲਣੇ ਦੀ ਜ਼ਰੂਰਤ ਹੈ ਅਤੇ ਮਨਾਂ ਵਿੱਚੋਂ ਹਨੇਰ ਮਿਟਾਉਣ ਦੀ ਜ਼ਰੂਰਤ ਹੈ। ਇਸ ਇਹਨਾਂ ਤਿਉਹਾਰਾਂ ਦੇ ਸ਼ੁਭ ਮੌਕੇ 'ਤੇ ਮੈਂ ਇਹੀ ਕਾਮਨਾ ਕਰਦਾ ਹਾਂ ਕਿ ਚਿਹਰਿਆਂ ਦੇ ਉੱਤੇ ਕਦੇ ਆਉਣ ਨਾ ਉਦਾਸੀਆਂ, ਗੁੰਮ ਹਾਸਿਆਂ 'ਤੇ ਖਿੜੇ ਗੁਲਜ਼ਾਰ ਨੀ ਦਿਵਾਲੀਏ, ਅਮਰ ਸੂਹੀ ਸਵੇਰ ਦਿਵਾਲੀ ਦੀ ਚੜ੍ਹੇ, ਭੈੜੀਆਂ ਅਲਾਮਤਾਂ ਨੂੰ ਦੇਵੀਂ ਗਾਲ ਨੀ ਦਿਵਾਲੀਏ। ਸੋ ਇੰਨਾ ਕਹਿੰਦਾ ਮੈਂ ਅੱਗੇ ਥੋੜ੍ਹਾ ਕਿਸਾਨੀ ਦੇ ਮੁੱਦੇ 'ਤੇ ਵੀ ਗੱਲ ਕਰਨੀ ਚਾਹਾਂਗਾ ਔਰ ਸੈਂਟਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਉਹ ਕਿਸਾਨ ਜੋ ਲਗਭਗ 1 ਸਾਲ ਤੋਂ ਆਪਣੇ ਹੱਕ ਸੱਚ ਦੀ ਲੜਾਈ ਲੜ ਰਹੇ ਨੇ, ਉਹਨਾਂ ਨੂੰ ਦੇਖਦੇ ਹੋਏ, ਉਹਨਾਂ ਦੀ ਤਕਲੀਫ ਨੂੰ ਦੇਖਦੇ ਹੋਏ, ਉਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਕਰਕੇ ਇਹ ਦਿਵਾਲੀ ਦਾ ਤੋਹਫ਼ਾ ਜਿਹੜਾ ਹੈਗਾ ਕਿਸਾਨਾਂ ਨੂੰ ਦੇ ਦੇਣਾ ਚਾਹੀਦਾ। ਇਸ ਦੇ ਵਿੱਚ ਹੀ ਮੋਦੀ ਦੀ ਬਹੁਤ ਵੱਡੀ ਭਲਾਈ ਹੋਵੇਗੀ, ਬਹੁਤ ਵੱਡੀ ਉਹਨਾਂ ਦੀ ਜਿਹੜੀ ਹੈਗੀ ਆ ਫੇਮਸ ਹੋਣਗੇ ਉਹ। ਅਤੇ ਇਹ ਮੈਂ ਅਪੀਲ ਕਰਦਾ ਹਾਂ ਕਿ ਤਿੰਨੇ ਕਿਸਾਨਾਂ ਦੇ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਮੋਦੀ ਸਰਕਾਰ ਨੂੰ ਰੱਦ ਕਰ ਦੇਣਾ ਚਾਹੀਦਾ ਅਤੇ ਦਿਵਾਲੀ ਦਾ ਤੋਹਫ਼ਾ ਕਿਸਾਨਾਂ ਨੂੰ ਦੇ ਦੇਣਾ ਚਾਹੀਦਾ।